ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਹੁਣ ਹਰ ਖਬਰ ਤੁਹਾਡੇ ਤੱਕ ਡੇਰਾ ਮੂਂਝ ਸ਼ਰਤਾਲੂ ਔਰਤਾਂ ਨਾਲ ਅਸ਼ਲੀਲ ਹਰਕਤਾਂ ਰਾਮ ਮੋਨੀ ਸਮੇਤ 30-35 ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕੋਈ ਗ੍ਰਿਫਤਾਰੀ ਨਹੀਂ ਅਸ਼ਲੀਲ ਹਰਕਤਾਂ ਕਰਨ ਤੇ ਕਾਗਜ਼ ਚੋਰੀ ਕਰਨ ਦੇ ਦੋਸ਼ਾਂ ਦੀ ਪੜਤਾਲ ਜਾਰੀ ਐਸ ਐਚ ਓ ਜਸਵਿੰਦਰ ਕੌਰ ਜ਼ਿਲ੍ਹੇ ਦੇ ਪਿੰਡ ਮੂਂਝ ਬਨੇ ਡੇਰਾ ਮੁਖਸਰ ਸਾਹਿਬ ਉੱਪਰ ਕਥਿਤ ਕਬਜ਼ਾ ਕਰਨ ਦੀ ਨੀਅਤ ਨਾਲ ਪਹੁੰਚੇ ਰਾਮ ਮੋਨੀ ਅਤੇ 30-35 ਹੋਰ ਅਣਪਛਾਤੇ ਬੰਦਿਆਂ ਉੱਪਰ ਡੇਰੇ ਦੀ ਖੇਤਾਲੂ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਦੋ ਹੋਰ ਪੁਰਸ਼ ਸੇਵਾਦਾਰਾਂ ਨਾਲ ਤੱਕ ਦੋਸ਼ੀ ਵਾਰਦਾਤ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ ਇਸਨੇ ਡੇਰੇ ਦੇ ਮਹੰਤ ਦੇ ਬਿਆਨ ਤੇ ਰਾਮ ਮੋਨੀ ਅਤੇ ਉਸ ਨਾਲ 30-35 ਅਣਪਛਾਤੇ ਬੰਦਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਪੁਲਿਸ ਨੂੰ ਦਿੱਤੇ ਬਿਆਨ ਚ ਡੇਰਾ ਮੁਕਸਰ ਸਾਇਪਿੰਡ ਮੂਮ ਦੇ ਮਹੰਤ ਰਮੇਸ਼ਵਰ ਦਾਸ ਚੇਲਾ ਮਹੰਤ ਸਾਧੂ ਰਾਮ ਨੇ ਦੱਸਿਆ ਕਿ ਉਹ ਆਪਣੇ ਕੰਮਕਾਰ ਦੇ ਸਬੰਧ ਵਿੱਚ ਪਟਿਆਲਾ ਗਿਆ ਹੋਇਆ ਸੀ ਦੋਸ਼ੀ ਰਾਮ ਮੋਨੀ ਆਪਣੇ ਨਾਲ 30-35 ਹੋਰ ਅਣਪਛਾਤੇ ਬੰਦਿਆਂ ਨੂੰ ਲੈ ਕੇ ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਹੁੰਚਿਆ ਦੋਸ਼ੀ ਡੇਰੇ ਦਾ ਜ਼ਿੰਦਰਾ ਤੋੜ ਕੇ ਅੰਦਰ ਵੜ ਗਏ ਮੱਕੇ ਦੇ ਮਜ਼ਦੂਰ ਡੇਰੇ ਦੀ ਸੇਵਾਦਾਰ ਸਰਵਜੀਤ ਕੌਰ ਵੱਲੋਂ ਘਟਨਾ ਸੰਬੰਧੀ ਸੂਚਨਾ ਦੇਣ ਲਈ ਉਸ ਨੂੰ ਜਾਣੀ ਰਮੇਸ਼ਵਰ ਦਾਸ ਨੂੰ ਫੋਨ ਕਰਨਾ ਚਾਹਿਆ ਤਾਂ ਦੋਸ਼ੀਆਂ ਨੇ ਸਰਵਜੀਤ ਕੌਰ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ। ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਏ। ਉਸ ਵੇਲੇ ਫੋਨ ਕਰਨ ਤੋਂ ਬਾਅਦ ਡੇਰੇ ਅੰਦਰ ਪਹੁੰਚੇ ਸੇਵਾਦਾਰ ਗੁਰਚਰਨ ਸਿੰਘ ਤੇ ਮੈਂਬਰ ਚੂੜ ਸਿੰਘ ਵੱਲੋਂ ਨਾਮਜਦ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਅਜਿਹਾ ਕਰਨ ਸਮੇਂ RAM MUNI ਤੇ ਉਸ ਦੇ ਸਾਥੀਆਂ ਨੇ ਉਕਤ ਦੋਵਾਂ ਨੂੰ ਹੀ ਧੱਕਾ ਮੁਕੀ ਕੀਤੀ ਤੇ ਧਮਕੀਆਂ ਦਿੱਤੀਆਂ। RAM MUNI ਦੇ ਉਸ ਦੇ ਸਾਥੀਆਂ ਹਨ ਪਛਾਤੇ ਵਿਅਕਤੀਆਂ ਡੇਰੇ ਨਾਲ ਸੰਬੰਧਿਤ ਜ਼ਰੂਰੀ ਕਾਗਜ਼ਾਤ ਤੇ ਕੋਰਟ ਕੇਸਾਂ ਦੇ ਦਸਤਾਵੇਜ਼ ਚੁੱਕ ਕੇ ਫਰਾਰ ਹੋ ਗਏ। ਥਾਣਾ ਮਹਿਲਕਲਾ ਦੀ ਐਸਐਚਓ ਇੰਸਪੈਕਟਰ ਜਸਵਿੰਦਰ ਕੌਰ ਨੇ ਕਿਹਾ ਕਿ ਮਹੰਤ ਰਮੇਸ਼ਵਰ ਦਾਸ ਦੇ ਬਿਆਨ ਦੇ ਆਧਾਰ ਤੇ RAM MUNI ਤੇ ਉਸ ਦੇ ਨਾਲ ਪਹ ਮੈਂtia ਹੋਰ 85 ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਤਵਦੀਸ਼ ਥਾਣੇਦਾਰ ਸਤਨਾਮ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਛੇੜਛਾੜ ਤੇ ਚੋਰੀ ਦਾ ਜੁਰਮਾਇਦ ਕਿਉਂ ਨਹੀਂ ਡੇਰੇ ਦੇ ਮਹਾਂਤਰਾ ਮਹੇਸ਼ਵਰ ਦਾਸ ਦੇ ਬਿਆਨਾਂ 'ਚ ਸੇਵਾਦਾਰ ਔਰਦ ਨਾਲ ਅਸ਼ਰੀਰ ਹਰਕਤਾਂ ਕਰਨ ਤੇ ਡੇਰੇ ਦੇ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਦੇ ਦੋਸ਼ਾਂ ਦਾ ਜੁਰਮ ਐਫ ਆਈ ਆਰ ਵਿੱਚ ਦਰਜ ਨਹੀਂ ਕੀਤਾ ਗਿਆ ਇਸ ਸਬੰਧੀ ਪੁੱਛੇ ਜਾਣ ਤੇ ਐਸ ਐਚ ਓ ਜਸਵਿੰਦਰ ਕੌਰ ਨੇ ਕਿਹਾ ਕਿ ਅਸ਼ਰੀਰ ਹਰਕਤਾਂ ਕਰਨ ਤੇ ਡੇਰੇ ਦੇ ਕਾਗਜ਼ ਚੋਰੀ ਕਰਨ ਦੇ ਦੋਸ਼ਾਂ ਦੀ ਪੜਤਾਲ ਜਾਰੀ ਹੈ। ਪੜਤਾਲ ਤੋਂ ਅੰਝੇਕਰ ਦੋਸ਼ ਸਹੀ ਸਾਬਤ ਹੋਇਆ ਤਾਂ ਜੁਰਮ ਵਿੱਚ ਵਾਦਾ ਕਰ ਦਿੱਤਾ ਜਾਏਗਾ। ਹੋਰ ਤਾਜ਼ਾ ਖਬਰਾਂ ਸੁਣਨ ਲਈ ਚੈਨਲ ਨੂੰ